ਪੰਜਾਬ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਮੁਸਤੈਦੀ ਨਾਲ ਕਾਰਜ ਕਰ ਰਹੀ ਹੈ। ਇਸ ਲੜੀ ਦੇ ਤਹਿਤ ਹੀ ਪਟਿਆਲਾ ਪੁਲਿਸ ਦੀ ਇੱਕ ਟੀਮ ਵੱਲੋਂ ਰੋੜੀਕੁੱਟ ਇਲਾਕੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਇਲਾਕਾ ਨਸ਼ੇ ਕਾਰਨ ਜ਼ਿਆਦਾ ਚਰਚਾ ਵਿੱਚ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਸਣੇ ਘਰ ਘਰ ਦੀ ਤਲਾਸ਼ੀ ਲਈ ਗਈ, ਪਰ ਪੁਲਿਸ ਅਧਿਕਾਰੀ ਕਿਸੇ ਤਰੀਕੇ ਦਾ ਨਸ਼ਾ ਬਰਾਮਦ ਕਰਨ ਵਿੱਚ ਅਸਫਲ ਰਹੇ। ਰੂਟੀਨ ਆਪਰੇਸ਼ਨ ਹੈ ਸਾਡਾ, ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਨੇ, ਅਤੇ ਇਸ ਕਰਕੇ ਪੁਲਿਸ ਨੂੰ ਥੋੜ੍ਹੀ ਜਿਹੀ ਇਹਨਾਂ 'ਤੇ ਸਸਪੈਸ਼ਨ ਹੁੰਦੀ ਹੈ ਵੀ ਕੋਈ ਨਾ ਕੋਈ ਹੋਰ ਵੀ ਜਿਹੜਾ ਮਾਲ ਇੱਥੋਂ ਬਰਾਮਦ ਹੋ ਸਕਦਾ। ਇਹ 'ਚ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੁੰਦਾ ਕਿ ਮਾੜੇ ਲੋਕਾਂ ਦੇ ਜਿਹੜੇ ਇੱਥੇ ਕੁਛ ਘਰ ਇਹੋ ਜਿਹੇ ਨੇ, ਸਾਰਿਆਂ ਨੂੰ ਆਪਾਂ ਕਹਿ ਸਕਦੇ ਕੁਛ ਮਿਹਨਤੀ ਪਰਿਵਾਰ ਵੀ ਨੇ ਇੱਥੇ, ਕੁਛ ਘਰ ਜਿਹੜੇ ਸਸਪੈਕਟਿਡ ਨੇ। ਇਸ ਕਰਕੇ ਅਸੀਂ ਇੱਥੇ ਸਰਚ ਓਪਰੇਸ਼ਨ ਚਲਾਇਆ ਸੀ, ਜਿਹਦੇ ਲਈ ਸਾਡੇ ਕੋਲ ਫੋਰਸ ਵੀ ਸੀ।